ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉੱਘੇ ਵਿਗਿਆਨੀਆਂ ਨੂੰ ਸਾਲ 2024 ਦੇ ਕੌਮੀ ਵਿਗਿਆਨ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ। ਪੁਲਾੜ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਚੰਦਰਯਾਨ 3 ਟੀਮ ਨੂੰ ਵਿਗਿਆਨ ਟੀਮ ਪੁਰਸਕਾਰ ਮਿਲਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਨੁਸਾਰ ਕੌਮਾਂਤਰੀ ਮੰਚ ਤੇ ਭਾਰਤ ਅਤੇ ਪੋਲੈਂਡ ਲਗਾਤਾਰ ਨਜ਼ਦੀਕੀ ਤਾਲਮੇਲ ਨਾਲ ਅੱਗੇ ਵਧ ਰਹੇ ਨੇ। ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਸੰਸਥਾਵਾਂ ਵਿੱਚ ਸੁਧਾਰ ਨੂੰ ਸਮੇਂ ਦੀ ਲੋੜ ਦੱਸਿਆ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਨੁਸਾਰ ਨਵੀਂ ਸਰਕਾਰ ਦੇ ਗਠਨ ਦੇ ਪਹਿਲੇ 100 ਦਿਨਾਂ ਅੰਦਰ 11 ਲੱਖ ਔਰਤਾਂ ਲੱਖਪਤੀ ਦੀਦੀ ਬਣ ਚੁੱਕੀਆਂ ਨੇ। ਵਕਫ ਸੋਧ ਬਿੱਲ 2024 ਬਾਰੇ ਸਾਂਝੀ ਸੰਸਦੀ ਕਮੇਟੀ ਦੀ ਪਹਿਲੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਈ। ਤੇ ਏਮਜ਼ ਦੇ ਰੈਜ਼ੀਡੈਂਟ ਡਾਕਟਰਾਂ ਨੇ ਸੁਪਰੀਮ ਕੋਰਟ ਦੀ ਅਪੀਲ ਤੋਂ ਬਾਅਦ ਹੜਤਾਲ ਖਤਮ ਕੀਤੀ। ਦੇਸ਼ ਭਰ ਵਿੱਚ ਜੂਨੀਅਰ ਡਾਕਟਰਾਂ ਨੇ ਹੜਤਾਲ ਵਾਪਸ ਲੈਣ ਦਾ ਕੀਤਾ ਐਲਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਵਿਗਿਆਨੀਆਂ ਨੂੰ ਸਾਲ 2024 ਲਈ ਕੌਮੀ ਵਿਗਿਆਨ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਪ੍ਰੋਫੈਸਰ ਗੋਵਿੰਦ ਰਾਜਨ ਪਦਮਨਾਭਨ ਨੂੰ ਸਾਲ 2024 ਲਈ ਵਿਗਿਆਨ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਖੇਤੀਬਾੜੀ ਵਿਗਿਆਨ ਦੇ ਖੇਤਰ ਵਿੱਚ ਵਿਗਿਆਨ ਸ਼੍ਰੀ ਸਨਮਾਨ ਡਾਕਟਰ ਆਨੰਦ ਰਾਮ ਕ੍ਰਿਸ਼ਨਨ ਨੂੰ ਦਿੱਤਾ ਗਿਆ। ਪਰਮਾਣੂ ਊਰਜਾ ਦੇ ਖੇਤਰ ਵਿੱਚ ਇਹ ਸਨਮਾਨ ਭਾਭਾ ਪਰਮਾਣੂ ਖੋਜ ਕੇਂਦਰ ਮੁੰਬਈ ਦੇ ਡਾਕਟਰ ਅਵੇਸ਼ ਕੁਮਾਰ ਤਿਆਗੀ ਨੂੰ ਦਿੱਤਾ ਗਿਆ। ਜੀਵ ਵਿਗਿਆਨ ਦੇ ਖੇਤਰ ਵਿੱਚ ਵਿਗਿਆਨ ਸ਼੍ਰੀ ਸਨਮਾਨ ਭਾਰਤੀ ਵਿਗਿਆਨ ਸਿੱਖਿਆ ਖੋਜ ਸੰਸਥਾ ਪੁਣੇ ਦੇ ਪ੍ਰੋਫੈਸਰ ਜਯੰਤ ਪਾਲਚੰਦਰ ਉਦਗਾਂਵਕਰ ਨੂੰ ਦਿੱਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੁਲਾੜ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਚੰਦਰਯਾਨ 3 ਟੀਮ ਨੂੰ ਵਿਗਿਆਨ ਟੀਮ ਪੁਰਸਕਾਰ ਦਿੱਤਾ। ਚੰਦਰਯਾਨ 3 ਮਿਸ਼ਨ ਦਾ ਸਫਲਤਾਪੂਰਵਕ ਪੂਰਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਵਿਗਿਆਨਕ ਪ੍ਰਾਪਤੀਆਂ ਵਿੱਚੋਂ ਇੱਕ ਹੈ ਤੇ ਇਹ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੇ ਵਿਗਿਆਨੀਆਂ ਦੀ ਟੀਮ ਵੱਲੋਂ ਟੈਕਨੋਲੋਜੀ ਦੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਕੌਮਾਂਤਰੀ ਮੰਚ ਤੇ ਭਾਰਤ ਤੇ ਪੋਲੈਂਡ ਲਗਾਤਾਰ ਨਜ਼ਦੀਕੀ ਤਾਲਮੇਲ ਨਾਲ ਅੱਗੇ ਵਧ ਰਹੇ ਨੇ। ਦੋ ਦਿਨਾਂ ਪੋਲੈਂਡ ਦੌਰੇ ਦੇ ਦੂਜੇ ਦਿਨ ਆਪਣੇ ਹਮਅਹੁਦਾ ਡੋਨਾਲਡ ਟਸਕ ਨਾਲ ਦੁਵੱਲੀ ਗੱਲਬਾਤ ਦੌਰਾਨ ਕਈ ਮੁੱਦਿਆਂ ਤੇ ਉਹਨਾਂ ਚਰਚਾ ਕੀਤੀ। ਮਗਰੋਂ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਨੇ ਕਿ ਆਲਮੀ ਪੱਧਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਸੰਸਥਾਵਾਂ ਵਿੱਚ ਸੁਧਾਰ ਸਮੇਂ ਦੀ ਲੋੜ ਏ। ਪ੍ਰਧਾਨ ਮੰਤਰੀ ਮੋਦੀ ਨੇ ਪੋਲੈਂਡ ਦੀਆਂ ਕੰਪਨੀਆਂ ਨੂੰ ਮੇਕ ਇਨ ਇੰਡੀਆ ਨਾਲ ਜੁੜਨ ਦਾ ਸੱਦਾ ਦਿੱਤਾ। ਉਹਨਾਂ ਪੋਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਮੈਗਾ ਫੂਡ ਪਾਰਕਾਂ ਵਿੱਚ ਪੂੰਜੀਕਾਰੀ ਦਾ ਸੱਦਾ ਦਿੱਤਾ। ਮੋਦੀ ਨੇ ਅੱਤਵਾਦ ਨੂੰ ਇੱਕ ਵੱਡੀ ਚੁਣੌਤੀ ਦੱਸਿਆ ਤੇ ਪੌਣ ਪਾਣੀ ਵਿੱਚ ਤਬਦੀਲੀ ਦੇ ਮੁੱਦੇ ਤੇ ਵੀ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਕਲੀਨ ਕੋਲ ਟੈਕਨੋਲੋਜੀ, ਗ੍ਰੀਨ ਹਾਈਡਰੋਜਨ, ਰਿਨਿਊਬਲ ਐਨਰਜੀ, ਆਰਟੀਫਿਸ਼ਲ ਇੰਟੈਲੀਜੈਂਸ ਵੀ ਹਮਾਰੀ ਸਾਂਝੀ ਪ੍ਰਾਥਮਿਕਤਾ ਕੇ ਵਿਸ਼ੇ ਹੈ। ਹਮ ਪੋਲੈਂਡ ਕੀ ਕੰਪਨੀਓਂ ਕੋ ਮੇਕ ਇਨ ਇੰਡੀਆ ਐਂਡ
मेक फॉर द वर्ल्ड से जुड़ने के लिए आमंत्रित करते हैं। दूजे पासे पोलैंड के प्रधानमंत्री डोनाल्ड टस्क ने तीजी बार लोकसभा चोणां जीतने लई प्रधानमंत्री नरेंद्र मोदी नूं वधाई दित्ती। उन्हां कहा कि भारत का रुतबा कौमांतरी पद्धर ते वध रहा है। पोलैंड के प्रधानमंत्री ने रक्षा खेतर विच पूंजीकारी की वकालत की। इस तों इलावा उन्हां खेतीबाड़ी ते बागबानी के खेतर विच भारत नाल तालमेल वधाउण ते भी सहमति प्रगटाई। आपसी जो हमारी बातचीत हुई और जिस तरीके से हमने अपने सोच विचार एक दूसरे के साथ साझा किए, तो उससे हमारी समझ जो है वो काफी बड़ी है, ना सिर्फ युद्ध के क्षेत्र में लेकिन और बाकी बहुत जो क्षेत्र है उनके बारे में भी। प्रधानमंत्री जो है वो पूरी तरह से प्रतिबद्ध है पोलैंड के साथ अपने संबंधों को आगे ले जाने के लिए। मगरों प्रधानमंत्री नरेंद्र मोदी ने पोलैंड के राष्ट्रपति एंड्रेस डूडा नाल वफद पदरी गलबात की। केंद्रीय पेंडू विकास खेतीबाड़ी ते किसान भलाई मंत्री शिवराज सिंह चौहान ने नवी दिल्ली विच संगठन सेहत खुशहाली बारे एक कौमी कॉन्फ्रेंस का उद्घाटन किया। ये कॉन्फ्रेंस भोजन पोषण ते सेहत दे बारे विच औरतों की समूहिक पहलकदमी ते आधारित है। चौहान ने कहा कि सेहत ते पोषण देश लई बहुत महत्वपूर्ण ने ते इन्हां तों बिना विकसित भारत की कल्पना भी नहीं की जा सकती। उन्हां जोर दे के कहा कि औरतां देश दा अक्स बदलण लई समर्पित ने। क्रांति देश में हो रही है, महिला सशक्तिकरण की क्रांति मोदी जी के नेतृत्व में, जिसमें बहनें अपनी गरीबी दूर करके न केवल गरीबी बल्कि उसके बाद एक नई लीडरशिप हर जगह हर गांव में उभरी है बहनों की, जो एक ताकत है। कई क्षेत्रों में आज बहनें लीड कर रही है, स्वास्थ्य के क्षेत्र में हो, आजीविका का तो काम है ही, पोषण के क्षेत्र में हो, अलग अलग काम कर रही है। खेतीबाड़ी मंत्री शिवराज सिंह चौहान ने कहा कि नवी सरकार दे गठन दे पहले 100 दिनां दे अंदर 11 लाख औरतां लखपति दीदी बन चुकियां ने। नवी दिल्ली विच चौहान ने कहा कि प्रधानमंत्री नरेंद्र मोदी एतवार नूं महाराष्ट्र दे जलगांव विच एक प्रोग्राम विच इन्हां औरतां नूं सर्टिफिकेट सौंपणगे। इस समागम विच 1 लाख दे करीब दीदियां हिस्सा लैणगियां। उन्हां दस्सिया कि इस तों इलावा देश भर विच वख-वख प्रोग्रामां विच सर्टिफिकेट वंडे जाणगे। चौहान ने कहा कि इस मौके प्रधानमंत्री स्वै सहायता समूहां नूं 2,500 करोड़ रुपए फंड जारी करेंगे। इन्हां रकमां नाल 4 लाख स्वै सहायता समूहां नूं लाभ मिलेगा। प्रधानमंत्री अजिहे समूहां नूं 5,000 करोड़ रुपए का कर्जा भी जारी करेंगे। देश भर तों लगभग 50 लाख दीदियां इस प्रोग्राम विच वर्चुअल ढंग नाल हिस्सा लैणगियां। खेतीबाड़ी मंत्री ने कहा कि प्रधानमंत्री मोदी ने देश विच 3 करोड़ लखपति दीदी का अभिलाषी टीचा रख्या है। इन्हां विच पंजाब नाल संबंधित स्वै सहायता समूहां के 9,660 मैंबर भी शामिल ने। केंद्र सरकार की पीएम श्री स्कीम अधीन चलाए जा रहे पीएम श्री स्कूलों के 6 विद्यार्थियों नूं केंद्रीय सिक्ख्या मंत्री धर्मेंद्र प्रधान की नवी दिल्ली फेरी दौरान उन्हां नाल गलबात करन दा मौका मिलिया। संवाद दौरान इन्हां विद्यार्थियों ने पीएम श्री स्कूल दीआं सरगर्मियां ते इस विच चल रहे पढ़ाउण दे तरीकियां बारे जानकारी सांझी कीती। इह विद्यार्थी नवी दिल्ली विच पंजाबी दिहाड़े दे मुख समागमां विच हिस्सा लैण लई इत्थे आए होए ने। इन्हां विद्यार्थियों विच भोपाल तों महक, पन्ना तों उमेश, सिद्धी तों अमन, बैतूल तों प्रणाली, जबलपुर तों नितिशा ते खंडवा तों पारुल शामिल ने। इस प्रोग्राम विच देश दे वख-वख सूबिआं तों 100 विद्यार्थी नवी दिल्ली पुज्जे सन।
ਜ਼ਿਕਰਯੋਗ ਹੈ ਕਿ ਪੀਐਮ ਸ਼੍ਰੀ ਸਕੂਲ ਇਸ ਤਰੀਕੇ ਨਾਲ ਵਿਕਸਿਤ ਕੀਤੇ ਗਏ ਨੇ ਕਿ ਉਹ ਨੇੜਲੇ ਖੇਤਰਾਂ ਦੇ ਦੂਜੇ ਸਕੂਲਾਂ ਲਈ ਇੱਕ ਵਧੀਆ ਉਦਾਹਰਣ ਵਜੋਂ ਕੰਮ ਕਰ ਸਕਦੇ ਨੇ। ਇਸ ਸਕੀਮ ਤਹਿਤ ਚੁਣੇ ਗਏ ਸਕੂਲਾਂ ਦੇ ਨੇੜੇ ਬਗੀਚੇ ਵਿਕਸਿਤ ਕਰਨ, ਕੌਮੀ ਨਵਾਚਾਰ ਮੁਹਿੰਮ, ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ, ਖੇਡ ਸਹੂਲਤਾਂ, ਲਾਇਬ੍ਰੇਰੀ ਤੇ ਲੈਬ ਆਦਿ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਚੁਣੇ ਗਏ ਸਕੂਲਾਂ ਨੂੰ ਗ੍ਰੀਨ ਸਕੂਲਾਂ ਦੀ ਤਰਜ਼ ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਵੀ ਦਿੱਤੀ ਜਾਏਗੀ। ਵਕਫ ਸੋਧ ਬਿੱਲ 2024 ਤੇ ਸਾਂਝੀ ਸੰਸਦੀ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਨਵੀਂ ਦਿੱਲੀ ਵਿਖੇ ਹੋਈ। 31 ਮੈਂਬਰੀ ਕਮੇਟੀ ਦੇ ਚੇਅਰਮੈਨ ਭਾਜਪਾ ਦੇ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ। ਇਸ ਵਿੱਚ ਲੋਕ ਸਭਾ ਤੋਂ 21 ਤੇ ਰਾਜ ਸਭਾ ਤੋਂ 10 ਮੈਂਬਰ ਸ਼ਾਮਿਲ ਨੇ। ਕਮੇਟੀ ਨੂੰ ਲੋਕ ਸਭਾ ਵੱਲੋਂ ਬਿੱਲ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਏ। ਮੀਟਿੰਗ ਦੌਰਾਨ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਤੇ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਅਧਿਕਾਰੀਆਂ ਨੇ ਖਰੜਾ ਕਾਨੂੰਨ ਵਿੱਚ ਪ੍ਰਸਤਾਵਿਤ ਵੱਖ ਵੱਖ ਸੋਧਾਂ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਮੀਟਿੰਗ ਵਿੱਚ ਜਗਦੰਬਿਕਾ ਪਾਲ ਨੇ ਕਿਹਾ ਕਿ ਉਹ ਘੱਟ ਗਿਣਤੀ ਸੰਗਠਨਾਂ ਦੇ ਵੱਧ ਤੋਂ ਵੱਧ ਲੋਕਾਂ ਨੂੰ ਬਿੱਲ ਦੀਆਂ ਵਿਵਸਥਾਵਾਂ ਤੇ ਚਰਚਾ ਕਰਨ ਦਾ ਮੌਕਾ ਦੇਣਗੇ। ਉਹਨਾਂ ਕਿਹਾ ਕਿ ਸਰਕਾਰ ਦਾ ਬਿੱਲ ਲਿਆਉਣ ਦਾ ਮੰਤਵ ਪਛੜੇ ਮੁਸਲਮਾਨਾਂ ਤੇ ਔਰਤਾਂ ਨੂੰ ਵਕਫ ਦੀਆਂ ਸੌਂਪੀਆਂ ਜਾਇਦਾਦਾਂ ਰਾਹੀਂ ਮਦਦ ਕਰਨਾ ਏ। ਪਾਲ ਨੇ ਕਿਹਾ ਕਿ ਕਮੇਟੀ ਸਾਰੀਆਂ 44 ਸੋਧਾਂ ਤੇ ਚਰਚਾ ਕਰੇਗੀ ਤੇ ਸੰਸਦ ਦੇ ਅਗਲੇ ਇਜਲਾਸ ਤੱਕ ਇੱਕ ਬਿਹਤਰ ਤੇ ਵਿਆਪਕ ਕਾਨੂੰਨ ਲਿਆਏਗੀ। ਏਮਸ ਦੇ ਰੈਜ਼ੀਡੈਂਟ ਡਾਕਟਰਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ। ਸੁਪਰੀਮ ਕੋਰਟ ਦੀ ਅਪੀਲ ਤੋਂ ਬਾਅਦ ਰੈਜ਼ੀਡੈਂਟ ਡਾਕਟਰਾਂ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਏ। ਕੋਲਕਾਤਾ ਦੇ ਆਰਜੀਕਰ ਹਸਪਤਾਲ ਮਾਮਲੇ ਤੇ ਅਦਾਲਤ ਵੱਲੋਂ ਆਪ ਨੋਟਿਸ ਲਏ ਜਾਣ ਦਾ ਵੀ ਹੜਤਾਲ ਖਤਮ ਕਰਨ ਵਾਲੇ ਡਾਕਟਰਾਂ ਨੇ ਸਵਾਗਤ ਕੀਤਾ ਏ। 11 ਦਿਨਾਂ ਬਾਅਦ ਏਮਸ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਖਤਮ ਹੋਈ ਹੈ। ਡਾਕਟਰਾਂ ਨੇ ਮਰੀਜ਼ਾਂ ਦੀ ਸਿਹਤ ਸੰਭਾਲ ਨੂੰ ਸਰਵਉੱਚ ਤਰਜੀਹ ਦੱਸਿਆ ਏ। ਦੂਜੇ ਪਾਸੇ ਦੇਸ਼ ਭਰ ਵਿੱਚ ਜੂਨੀਅਰ ਡਾਕਟਰਾਂ ਦੀ ਹੜਤਾਲ ਵੀ ਖਤਮ ਹੋ ਗਈ ਹੈ। FAIMA ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਏ। ਪੱਛਮੀ ਬੰਗਾਲ ਦੀ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਤੇ ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ C2 ਯਾਨੀ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਮੋਹਾਲੀ ਵਿੱਚ 2 ਦਿਨਾਂ ਰਾਜ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। C2 ਪੰਜਾਬ ਦੇ ਸੂਬਾ ਜਨਰਲ ਸਕੱਤਰ ਚੰਦਰ ਸ਼ੇਖਰ ਦੀ ਅਗਵਾਈ ਹੇਠ ਮੋਹਾਲੀ 6 ਵਿੱਚ ਪੈਂਦੇ ਸਿਵਲ ਹਸਪਤਾਲ ਵਿਖੇ ਧਰਨਾ ਦਿੱਤਾ ਗਿਆ। ਉਹਨਾਂ ਵੱਲੋਂ ਸਰਕਾਰ ਦੀ ਨਾਕਾਮੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਸਿਵਲ ਹਸਪਤਾਲ ਵਿੱਚ ਪੈਦਲ ਮਾਰਚ ਵੀ ਕੱਢਿਆ। ਉਹਨਾਂ ਮ੍ਰਿਤਕ ਡਾਕਟਰ ਦੀ ਫੋਟੋ ਵਾਲੇ ਬੈਨਰ ਫੜੇ ਹੋਏ ਸਨ। ਵੱਖ ਵੱਖ ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਨਿਆਂ ਪਾਲਿਕਾ ਵਿੱਚ ਪੂਰਾ ਭਰੋਸਾ ਏ, ਕਿਉਂ ਜੋ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਆਪ ਨੋਟਿਸ ਲਿਆ ਏ। ਪ੍ਰਦਰਸ਼ਨਕਾਰੀਆਂ ਨੇ ਸਾਰੇ ਦੋਸ਼ੀਆਂ ਨੂੰ ਖੁੱਲ੍ਹੇਆਮ ਫਾਂਸੀ ਦੇਣ ਦੀ ਵੀ ਮੰਗ ਕੀਤੀ। ਇਹ ਵਰਤਾਰਾ ਦੇਸ਼ ਦੇ ਅੰਦਰ ਵੱਧ ਰਿਹਾ, ਜਿਹੜਾ ਬਹੁਤ ਖਤਰਨਾਕ ਹੈ, ਔਰ ਕੋਰਟਾਂ ਨੂੰ, ਸੁਪਰੀਮ ਕੋਰਟ ਨੂੰ ਇਹਦਾ ਸੀਰੀਅਸ ਨੋਟ ਲੈ ਕੇ ਇਹਨਾਂ ਦੇ ਉੱਤੇ ਇੱਕ ਨਵੀਂ ਪਾਲਿਸੀ ਬਣਾਉਣੀ ਚਾਹੀਦੀ ਹੈ, ਜਿਹੜੀ ਛੇਤੀ ਤੋਂ ਛੇਤੀ ਇਹਨਾਂ ਬਲਾਤਕਾਰਾਂ ਨੂੰ ਰੋਕੇ ਔਰ ਬਲਾਤਕਾਰੀਆਂ ਨੂੰ ਸਜ਼ਾਵਾਂ ਦੇਣ ਲਈ ਸਖ਼ਤ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਨਾਲ ਦਖਲ ਦਿੱਤਾ ਔਰ ਸਾਨੂੰ ਉਮੀਦ ਆ ਵੀ ਸੁਪਰੀਮ ਕੋਰਟ ਜਿਹੜਾ ਹੈ ਇਸ ਕੇਸ ਨੂੰ ਸਿਰੇ ਲਾਇਆ ਅਤੇ ਇਹਨਾਂ ਦੋਸ਼ੀਆਂ ਵਾਸਤੇ ਜਿਹੜਾ ਹੈ ਪ੍ਰਬੰਧ ਕਰੇਗਾ, ਉਹਨਾਂ ਨੂੰ ਫੜ ਕੇ ਹੋਰ ਜਿਹੜਾ ਫਾਸਟ ਟਰੈਕ ਕੋਰਟ ਦੇ ਵਿੱਚ ਮੁਕੱਦਮਾ ਚਲਾਉਣ ਦੀ ਆਰਡਰ ਕਰੇ। ਸਾਡੀਆਂ ਭੈਣਾਂ 'ਚ ਬਹੁਤ ਰੋਸ਼ ਹੈ, ਜੋ ਕਿ ਕਲਕੱਤੇ 'ਚ ਇੱਕ ਡਾਕਟਰ ਨਾਲ ਰੇਪ ਕੇਸ ਹੋਇਆ। ਸਾਡੇ ਅਸੀਂ ਚਾਹੁੰਦੇ ਹਾਂ, ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਉਹਨਾਂ ਦਰਿੰਦਿਆਂ ਨੂੰ ਫੜ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਤਾਂ ਕਿ ਸਾਡੀਆਂ ਧੀਆਂ ਭੈਣਾਂ ਅੱਗੇ ਤੋਂ ਸੇਫ ਰਹਿਣ। ਸਾਡੀਆਂ ਰਾਤ ਬਰਾਤ ਵੀ ਡਿਊਟੀਆਂ ਲੱਗਦੀਆਂ ਨੇ ਅਤੇ ਅਸੀਂ ਰਾਤ ਬਰਾਤ ਵੀ ਬਾਹਰ ਨਿਕਲਣਾ ਹੁੰਦਾ ਹੈ। ਸਾਨੂੰ ਇਸ ਚੀਜ਼ ਲਈ ਇਨਸਾਫ਼ ਚਾਹੀਦਾ ਹੈ, ਜੋ ਜਿਸ ਨੇ ਵੀ ਇਹ ਕੀਤਾ ਹੈ ਉਸਨੂੰ ਜਲਦੀ ਤੋਂ ਜਲਦੀ ਫਾਂਸੀ ਹੋਣੀ ਚਾਹੀਦੀ।
ਪੰਜਾਬ ਨੂੰ ਸਾਫ਼ ਸੁਥਰਾ ਤੇ ਕੂੜਾ ਰਹਿਤ ਬਣਾਉਣ ਤੇ ਸਵੱਛ ਵਾਤਾਵਰਣ ਰੱਖਣ ਦੀ ਸਰਕਾਰ ਦੀ ਵਚਨਬੱਧਤਾ ਤਹਿਤ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਇਸ ਸੰਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਅਧਿਕਾਰੀਆਂ ਨਾਲ ਸਮੂਹ ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਕਮਿਸ਼ਨਰਾਂ, ਵਧੀਕ ਡਿਪਟੀ ਕਮਿਸ਼ਨਰਾਂ, ਨਗਰ ਕੌਂਸਲ ਤੇ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ ਨਾਲ ਇੱਕ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚੋਂ ਕੂੜਿਆਂ ਦੇ ਢੇਰ ਨੂੰ ਹਟਾਇਆ ਜਾਵੇ, ਇਸ ਸੰਬੰਧੀ ਵਿਆਪਕ ਯੋਜਨਾ ਬਣਾਉਣ ਤੇ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਫੌਰੀ ਪ੍ਰਬੰਧਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਨਵੇਂ ਉਪਰਾਲੇ ਕਰਦਿਆਂ ਲੰਮੇ ਸਮੇਂ ਤੋਂ ਇਕੱਠੇ ਹੋਏ ਕੂੜੇ ਨੂੰ ਚੁਕਵਾਉਣ ਦਾ ਕੰਮ ਕੀਤਾ ਜਾਏ। ਅਨੁਰਾਗ ਵਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਫਾਈ ਮੁਹਿੰਮ ਦਾ ਨਿਰੰਤਰ ਜਾਇਜ਼ਾ ਲੈਣ ਤੇ ਇਸ ਤੋਂ ਇਲਾਵਾ ਜਿੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਜਗ੍ਹਾ ਨਹੀਂ ਹੈ ਉੱਥੇ ਡਿਪਟੀ ਕਮਿਸ਼ਨਰਾਂ ਨੂੰ ਜਗ੍ਹਾ ਉਪਲਬਧ ਕਰਵਾਉਣ ਲਈ ਕਿਹਾ ਗਿਆ ਏ। ਅਨੁਰਾਗ ਵਰਮਾ ਨੇ ਕਿਹਾ ਕਿ ਆਲੇ ਦੁਆਲੇ ਦੀ ਸਫਾਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ ਤੇ ਲੋਕਾਂ ਨੂੰ ਸਾਫ਼ ਚੌਗਿਰਦਾ ਮੁਹੱਈਆ ਕਰਵਾਉਣ ਲਈ ਉਪਰਾਲੇ ਤੇਜ਼ ਕਰਨੇ ਚਾਹੀਦੇ ਨੇ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂਵਾਲੂਆ ਨੇ ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਹੋਈ ਘਟਨਾ ਹੈਵਾਨੀਅਤ ਦੀ ਇੱਕ ਮਿਸਾਲ ਹੈ, ਅਜਿਹਾ ਕੁਝ ਪੰਜਾਬ ਵਿੱਚ ਨਾ ਵਾਪਰੇ, ਇਸ ਲਈ ਪੰਜਾਬ ਸਰਕਾਰ ਨੂੰ ਵੀ ਤੁਰੰਤ ਕਦਮ ਚੁੱਕਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਬੇਸ਼ੱਕ ਇੱਥੇ 181 ਨੰਬਰ ਦੀ ਸਹੂਲਤ ਦਿੱਤੀ ਗਈ ਹੈ ਪਰ ਉਹ ਸਹੂਲਤ ਘਰੇਲੂ ਲੜਾਈ ਝਗੜਿਆਂ ਲਈ ਹੈ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਸੜਕ ਦੁਰਘਟਨਾਵਾਂ ਲਈ SSF ਫੋਰਸ ਦਾ ਗਠਨ ਕਰਕੇ ਉਹਨਾਂ ਨੂੰ ਗੱਡੀਆਂ ਦੇ ਕੇ ਤੈਨਾਤ ਕੀਤਾ ਹੈ, ਇਸੇ ਤਰ੍ਹਾਂ ਔਰਤਾਂ ਨਾਲ ਕੋਈ ਜਿਨਸੀ ਸ਼ੋਸ਼ਣ ਨਾ ਹੋਵੇ ਅਤੇ ਉਹਨਾਂ ਦੇ ਨਾਲ ਬੱਸ ਵਿੱਚ, ਸਫ਼ਰਾਂ ਵਿੱਚ, ਸਕੂਲਾਂ, ਕਾਲਜਾਂ, ਦਫ਼ਤਰਾਂ ਜਾਂ ਕਿਤੇ ਵੀ ਕੋਈ ਜਿਸਮਾਨੀ ਜਾਂ ਮਾਨਸਿਕ ਛੇੜਖਾਨੀ ਨਾ ਹੋਵੇ, ਉਸ ਲਈ APF ਯਾਨੀ ਮਹਿਲਾ ਪ੍ਰੋਟੈਕਸ਼ਨ ਫੋਰਸ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਘੱਟੋ ਘੱਟ 2 ਮਹਿਲਾ ਪੁਲਿਸ ਕਰਮਚਾਰੀ ਜਿਹੜੇ ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਸ਼ਾਮਿਲ ਕਰਕੇ ਹਰ ਇੱਕ ਜ਼ਿਲ੍ਹੇ ਵਿੱਚ ਇਹ ਯੂਨਿਟ ਤਾਇਨਾਤ ਕੀਤੇ ਜਾਣ। ਮੌਜੂਦਾ ਸਮੇਂ ਵਿੱਚ ਜਦੋਂ ਵੀ ਬੱਚਿਆਂ ਨੂੰ ਕੁਝ ਵਿਹਲਾ ਸਮਾਂ ਮਿਲਦਾ ਹੈ ਤਾਂ ਉਹ ਮੋਬਾਈਲ ਫੋਨ, ਇੰਟਰਨੈਟ, ਸੋਸ਼ਲ ਮੀਡੀਆ 'ਤੇ ਰੁੱਝੇ ਰਹਿੰਦੇ ਨੇ, ਪਰ ਇਸ ਤੋਂ ਉਲਟ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਹੇ ਨੇ ਜਸਵਿੰਦਰ ਕੌਰ ਅਤੇ ਉਸਦਾ ਭਰਾ, ਜਿਹੜੇ ਕਿ ਕੌਮਾਂਤਰੀ ਪੱਧਰ 'ਤੇ ਖੇਡਾਂ ਵਿੱਚ ਨਾਮਣਾ ਖੜ ਚੁੱਕੇ ਨੇ ਅਤੇ ਹੁਣ ਦੋਵੇਂ ਬਰਨਾਲਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਨੇ। ਪੇਸ਼ ਹੈ ਇੱਕ ਰਿਪੋਰਟ। ਆਪਣੇ ਭਰਾ ਦੀ ਮਦਦ ਨਾਲ ਇਹਨਾਂ ਬੱਚਿਆਂ ਨੂੰ ਖੇਡਾਂ ਸਿਖਾ ਰਹੇ ਇਹ ਨੇ ਧਨੌਲਾ ਖੁਰਦ ਪਿੰਡ ਦੇ ਜਸਵਿੰਦਰ ਕੌਰ, ਜੋ ਬਰਨਾਲਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਨੇ। ਦੋਵੇਂ ਭੈਣ ਭਰਾ ਸਵੇਰੇ ਅਤੇ ਸ਼ਾਮ ਨੂੰ ਪਿੰਡ ਦੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਖੇਡਾਂ ਸਿਖਾਉਂਦੇ ਨੇ ਅਤੇ ਆਪਣੀ ਪੁਲਿਸ ਦੀ ਡਿਊਟੀ ਦੌਰਾਨ ਆਮ ਜਨਤਾ ਦੀ ਰਾਖੀ ਕਰਦੇ ਨੇ। ਜ਼ਿਲ੍ਹਾ ਬਰਨਾਲਾ ਦੇ 1.5 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ 500 ਦੇ ਕਰੀਬ ਘਰ ਵਾਲੇ ਇਸ ਪਿੰਡ ਵਿੱਚ ਸਵੇਰੇ 5 ਤੋਂ 7 ਅਤੇ ਦੇਰ ਸ਼ਾਮ ਕਰੀਬ 6 ਵਜੇ ਤੋਂ 8 ਵਜੇ ਤੱਕ ਆਪਣੇ ਪਿੰਡ ਦੇ ਕਿਸੇ ਪਰਿਵਾਰ ਵੱਲੋਂ ਖੇਡਣ ਲਈ ਦਿੱਤੀ ਗਈ ਜਗ੍ਹਾ ਨੂੰ ਗਰਾਊਂਡ ਵਿੱਚ ਤਬਦੀਲ ਕਰਕੇ ਇਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਨੇ। ਇਹ ਦੋਵੇਂ ਭੈਣ ਭਰਾ ਇੰਟਰਨੈਸ਼ਨਲ ਖੇਡਾਂ ਵਿੱਚ ਨਾਮਣਾ ਖੱਟ ਚੁੱਕੇ ਨੇ। ਮੈਂ 3 ਟਾਈਮ ਇੰਟਰਨੈਸ਼ਨਲ ਖੇਲੀ ਹਾਂ ਸਰ, 2 ਵਾਰ ਸਿੰਗਾਪੁਰ ਅਤੇ 1 ਵਾਰ ਮਲੇਸ਼ੀਆ ਬਰਨਈ ਦਾਰੂਸਲੇਮ ਖੇਲੀ ਹੈ ਸਰ, ਅਤੇ ਨੈਸ਼ਨਲ ਗੇਮਸ ਦੇ ਵਿੱਚ ਮੇਰੇ ਕੋਲ 2 ਸਿਲਵਰ ਅਤੇ 1 ਬ੍ਰਾਂਜ਼ ਮੈਡਲ ਹੈ ਸਰ, ਅਤੇ ਨੈਸ਼ਨਲ ਚੈਂਪੀਅਨਸ਼ਿਪ ਮੈਂ ਕਾਫੀ ਖੇਲ ਚੁੱਕੀ ਹਾਂ ਸਰ। ਇਹ ਬੱਚੇ ਅਦਰ ਮਤਲਬ ਪਿੰਡਾਂ ਦੇ ਵਿੱਚੋਂ ਆ ਕੇ ਆਪਣੇ ਕੋਲ ਗੇਮਾਂ ਦੇ ਰਿਲੇਟਡ ਕੋਈ ਵੀ ਗੇਮਾਂ ਜਿਹਦੇ ਵਿੱਚ ਇੰਟਰਸਟਡ ਰੱਖਦੇ ਉਹ ਆਪਣੇ ਕੋਲ ਪ੍ਰੈਕਟਿਸ ਕਰਨ ਆਉਂਦੇ ਸਰ। ਜਿੱਦਾਂ ਅਸੀਂ ਡਿਪਾਰਟਮੈਂਟ ਦੇ ਵਿੱਚ ਹੁੰਦੇ ਹੋਏ ਅਸੀਂ ਗੇਮਾਂ ਵੱਲ ਟਾਈਮ ਦਿੰਦੇ ਹਾਂ, ਸੋ ਸਾਨੂੰ ਵੀ ਥੋੜ੍ਹਾ ਬਹੁਤਾ ਰਿਲੈਕਸੇਸ਼ਨ ਮਿਲੇ ਜੋ ਅਸੀਂ ਹੋਰ ਯੂਥ ਨੂੰ ਨਾਲ ਜੋੜ ਕੇ ਅੱਗੇ ਅਸੀਂ ਨਸ਼ਿਆਂ ਤੋਂ ਮੁਕਤ ਬੱਚਿਆਂ ਨੂੰ ਅਤੇ ਪੰਜਾਬ ਨੂੰ ਬਣਾ ਸਕੇ ਸਰ। ਇੱਥੇ ਖੇਡਣ ਆ ਰਹੇ ਬੱਚਿਆਂ ਨੇ ਦੱਸਿਆ ਕਿ ਇਹ ਦੋਵੇਂ ਭੈਣ ਭਰਾ ਸਾਨੂੰ ਖੇਡਾਂ ਦੀ ਵਧੀਆ ਕੋਚਿੰਗ ਦਿੰਦੇ ਨੇ ਅਤੇ ਨਾਲ ਹੀ ਪੁਲਿਸ ਵਿੱਚ ਭਰਤੀ ਹੋਣ ਦੀ ਸਿਖਲਾਈ ਵੀ ਕਰਵਾਉਂਦੇ ਨੇ। ਅਤੇ ਬਹੁਤ ਵਧੀਆ ਕੋਚਿੰਗ ਦਿੰਦੇ ਨੇ, ਭਰਤੀ ਦੀ ਤਿਆਰੀ ਵੀ ਹੁੰਦੀ ਆ, ਤਾਂ ਅੱਜ ਤੱਕ ਮੈਂ ਸਟੇਟ ਲੈਵਲ ਤੱਕ ਖੇਡੀ ਹਾਂ ਅਤੇ ਮੈਨੂੰ ਮੈਡਲ ਵੀ ਪ੍ਰਾਪਤ ਹੋਏ ਨੇ,
ਉੱਥੇ ਪਤਾ ਲੱਗਿਆ ਸਾਨੂੰ ਕਿ ਮੈਮ ਬਹੁਤ ਵਧੀਆ ਤਿਆਰੀ ਕਰਵਾ ਰਹੇ ਹਾਂ, ਤਾਂ ਇਸ ਕਰਕੇ ਅਸੀਂ ਇੱਥੇ ਤਿਆਰੀ ਕਰਨਾ ਹੈ ਅਤੇ ਗੇਮਾਂ ਵੀ ਬਹੁਤ ਵਧੀਆ ਹੋ ਰਹੀਆਂ ਨੇ, ਪਰ ਹਜੇ ਅਸੀਂ ਪੰਜਾਬ ਪੁਲਿਸ ਦੀ ਤਿਆਰੀ ਕਰਨ ਵਾਸਤੇ ਆਏ ਇੱਥੇ। ਅਸੀਂ ਇੱਥੇ ਗਰਾਊਂਡ ਦੇ ਵਿੱਚ ਕੋਚਿੰਗ ਲੈਣ ਲਈ ਆਉਂਦੇ ਹਾਂ। ਮੈਂ ਧਨੌਲਾ ਖੁਰਦ ਤੋਂ ਬਿਲੋਂਗ ਕਰਦੀ ਹਾਂ। ਇੱਥੇ ਜਿਹੜੇ ਸਾਡੇ ਜਸਵਿੰਦਰ ਦੀਦੀ ਨੇ ਉਹ ਇੰਟਰਨੈਸ਼ਨਲ ਪਲੇਅਰ ਨੇਗੇ, ਉਹ ਸਾਨੂੰ ਬਹੁਤ ਵਧੀਆ ਤਰ੍ਹਾਂ ਕੋਚਿੰਗ ਦਿੰਦੇ ਆ। ਇੱਥੇ ਇੱਕ ਗੇਮ ਨਹੀਂ ਹੁੰਦੀ, ਆਈ ਮੀਨ ਇੱਥੇ ਤਾਂ ਨੈੱਟਬਾਲ ਗੇਮ ਹੁੰਦੀ ਹੈ, ਬਟ ਉਹਦੇ ਨਾਲ ਹੋਰ ਵੀ ਸਾਨੂੰ ਗੇਮਾਂ ਖਿਡਾਈਆਂ ਜਾਂਦੀਆਂ ਨੇ। ਸਾਡੇ ਜਸਵਿੰਦਰ ਦੀਦੀ ਕਹਿੰਦੇ ਆ ਕਿ ਹੈ ਨਾ ਖੇਡਾਂ ਦੇ ਨਾਲ ਨਾਲ ਸਾਨੂੰ ਉਹ ਵੀ ਚੀਜ਼ਾਂ ਖੇਡਣੀਆਂ ਚਾਹੀਦੀਆਂ ਨੇ ਜੋ ਸਾਡੀ ਪਸੰਦ ਦੀਆਂ ਹੁੰਦੀਆਂ ਨੇ, ਜੋ ਅਸੀਂ ਕਰ ਪਾਈਏ। ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾ ਸ਼ੰਕਰ ਦੇ ਨਾਲ ਬਰਨਾਲਾ ਤੋਂ ਲਖਵਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਨਮਸਕਾਰ।